ਹਾਂਜੀ ਦੋਸਤੋ, ਇੱਕ ਸੈਡ ਨਿਊਜ਼ ਆਈ ਹੈ। ਹੁਣ ਜਿਹੜਾ ਪ੍ਰੋਗਰਾਮ ਹੋ ਕੇ ਹਟਿਆ ਸਤਸੰਗ ਦਾ, ਉਸ ਦੇ ਦੌਰਾਨ ਇੱਕ ਐਕਸੀਡੈਂਟ ਦੀ ਖਬਰ ਵੀ ਆਈ ਹੈ ਕਿ ਡੇਰਾ ਬਿਆਸ ਜਾ ਰਹੀ ਬੱਸ ਸੰਗਤਾਂ ਨਾਲ ਭਰੀ, ਰਸਤੇ ਵਿੱਚ ਇੱਕ ਟਿੱਪਰ ਦੇ ਨਾਲ ਵੱਜਦੀ ਹੈ ਅਤੇ ਪਲਟ ਜਾਂਦੀ ਹੈ। ਦੋਸਤੋ, ਮੇਰੀ ਇਹ ਖਬਰ ਸ਼ੇਅਰ ਕਰਨ ਦਾ ਸਿਰਫ ਆਹੀ ਇੰਟੈਂਸ਼ਨ ਆ ਕਿ ਅਵੇਅਰਨੈਸ ਆ ਸਕੇ, ਕਿ ਅੱਗੇ ਵਾਸਤੋਂ ਧਿਆਨ ਰੱਖਿਆ ਜਾਵੇ ਜਿਹੜੇ ਆਪਣੇ ਸੇਵਾਦਾਰ ਨੇ। ਜਦੋਂ ਵੀ ਇਹੋ ਜਿਹੇ ਡਰਾਈਵਰ ਉਹ ਦੇਖਦੇ ਆ, ਗਲਤੀ ਡਰਾਈਵਰ ਦੀ ਹੀ ਮੰਨੀ ਜਾ ਰਹੀ ਹੈ। ਅਤੇ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਜਾ ਰਿਹਾ ਵਾ ਕਿ ਡਰਾਈਵਰ ਫਰਾਰ ਹੋ ਗਿਆ, ਉਹ ਮੌਕੇ ਤੋਂ ਭੱਜ ਜਾਂਦਾ ਵਾ। ਪੂਰੀ ਰਿਪੋਰਟ ਤੁਹਾਨੂੰ ਸੁਣਾਊਂਗਾ। ਤਾਂ ਸਾਰੇ ਸੇਵਾਦਾਰਾਂ ਨੂੰ ਬੇਨਤੀ ਆ ਕਿ ਅੱਗੇ ਵਾਸਤੋਂ ਡਰਾਈਵਰ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਹਨੂੰ ਤੁਸੀਂ ਗਾਈਡ ਕਰਨਾ ਚਾਹੀਦਾ ਕਿ ਤੁਸੀਂ ਕਾਹਲੀ ਨਹੀਂ ਕਰਨੀ, ਤੇਜ਼ ਰਫ਼ਤਾਰ ਨਾਲ ਨਹੀਂ ਚੱਲਣਾ। ਇੱਕ ਵਾਰ ਉਹਨੂੰ ਗਾਈਡ ਕਰਨਾ ਜ਼ਰੂਰੀ ਹੈ, ਕਿਉਂਕਿ ਇੱਦਾਂ ਅੱਗੇ ਵੀ ਦੋਸਤੋ ਇੱਕ ਦੋ ਵਾਰ ਹੋ ਚੁੱਕਿਆ ਵਾ, ਤੁਹਾਨੂੰ ਯਾਦ ਹੋਣਾ। ਉਹ ਵੀ ਖਬਰ ਆਪਾਂ ਨੇ ਇਹੀ ਉਦੇਸ਼ ਨਾਲ ਸ਼ੇਅਰ ਕੀਤੀ ਸੀ। ਅਤੇ ਬਾਬਾ ਜੀ ਦੀ ਕਿਰਪਾ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ, ਉਸ ਮਾਲਿਕ ਦਾ ਸ਼ੁਕਰ ਆ। ਲੇਕਿਨ ਥੋੜ੍ਹੀਆਂ ਮੋਟੀਆਂ ਸੱਟਾਂ ਜ਼ਰੂਰ ਲੱਗੀਆਂ ਨੇ। ਤਾਂ ਇਹੋ ਜਿਹੇ ਡਰਾਈਵਰ ਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇ ਜਿਹੜੇ ਓਵਰ ਸਪੀਡ 'ਤੇ ਆਉਂਦੇ ਨੇ। ਬਾਕੀ ਇਹ ਰਿਪੋਰਟ ਦੇਖੋ ਪਰੂਫ ਲਈ। ਮੈਂ ਫਿਰ ਇੱਕ ਵਾਰ ਬੇਨਤੀ ਕਰਦਾ ਕਿ ਜਿੰਨੇ ਵੀ ਸੈਂਟਰ ਵਾਲੇ ਨੇ, ਨਵਾਂ ਡਰਾਈਵਰ ਰੱਖਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਗਾਈਡ ਕਰਨਾ ਚਾਹੀਦਾ। ਅਤੇ ਜੇ ਕੋਈ ਓਲਡ ਪੁਰਾਣਾ ਡਰਾਈਵਰ ਵੀ ਹੈਗਾ, ਉਹਨੂੰ ਵੀ ਵਿੱਚ ਵਿੱਚ ਗਾਈਡ ਕਰਦੇ ਰਹੋ। ਇਹ ਨਾ ਸੋਚੋ ਕਿ ਉਹ ਬੁਰਾ ਮੰਨ ਜੂਗਾ, ਉਹ ਇਹ ਕਹੂਗਾ ਕਿ ਮੈਂ ਡਰਾਈਵਰ ਹਾਂ, ਮੈਨੂੰ ਸਿਖਾ ਰਹੇ ਨੇ। ਉਹਨੂੰ ਇਹ ਨਿਊਜ਼ ਬਾਰੇ ਦੱਸੋ ਕਿ ਇੱਦਾਂ ਕਈ ਵਾਰ ਹੋ ਚੁੱਕਿਆ ਵਾ, ਇਸ ਕਰਕੇ ਤੈਨੂੰ ਸਮਝਾ ਰਹੇ ਹਾਂ। ਕਿਉਂਕਿ ਦੋਸਤੋ, ਇੱਕ ਵਾਰ ਜਦੋਂ ਇੱਦਾਂ ਹੀ ਬੱਸ, ਸ਼ਾਇਦ ਉਹ ਵੀ ਇੱਕ ਸਾਲ ਪਹਿਲਾਂ ਪਰੋਰ ਤੋਂ ਆ ਰਹੀ ਸੀ, ਤਾਂ ਉਸ ਟਾਈਮ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਮੈਂ ਉਹੀ ਬੇਨਤੀ ਕੀਤੀ ਨਾ, ਕਈ ਵਾਰ ਬੋਲਣਾ ਵੀ ਪੈਂਦਾ ਨੁਕਸਾਨ ਹੋਣ ਤੋਂ ਪਹਿਲਾਂ। ਇਹ ਵੀ ਕਈ ਵਾਰ ਦੇਖਿਆ ਗਿਆ ਵਾ ਕਿ ਆਪਾਂ ਪਹਿਲਾਂ ਬੋਲਦੇ ਨਹੀਂ, ਜਦੋਂ ਨੁਕਸਾਨ ਹੋ ਜਾਂਦਾ ਫਿਰ ਆਪਾਂ ਬੋਲਦੇ ਹਾਂ, ਫਿਰ ਤਾਂ ਕੋਈ ਫਾਇਦਾ ਨਹੀਂ। ਡੇਰਾ ਬਿਆਸ ਜਾ ਰਹੀ ਸੰਗਤਾਂ ਦੇ ਨਾਲ ਭਰੀ ਹੋਈ ਬੱਸ ਸੜਕ ਦੇ ਉੱਤੇ ਪਲਟ ਜਾਂਦੀ ਹੈ। ਦਰਅਸਲ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਕਿ ਡੇਰਾ ਬਿਆਸ ਜਾ ਰਹੀ ਬੱਸ ਦੀ ਇੱਕ ਟਿੱਪਰ ਦੇ ਨਾਲ ਟੱਕਰ ਹੋ ਜਾਂਦੀ ਹੈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇੱਥੋਂ ਤੱਕ ਕਿ ਜੋ ਬੱਸ ਹੈ ਉਹ ਸੜਕ ਦੇ ਉੱਤੇ ਬਣੇ ਡਿਵਾਈਡਰ ਦੇ ਉੱਤੇ ਜਾ ਕੇ ਪਲਟ ਜਾਂਦੀ ਹੈ। ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਕਿ ਬੱਸ ਓਵਰ ਸਪੀਡ ਅਤੇ ਗਲਤ ਸਾਈਡ ਤੋਂ ਆ ਰਹੀ ਸੀ, ਜਿਸ ਵਿੱਚ ਡੇਰਾ ਬਿਆਸ ਦੀ ਸੰਗਤ ਸੀ ਜਿਹੜੀ ਕਿ ਸਿੱਧੀ ਆ ਕੇ ਟਿੱਪਰ ਦੇ ਨਾਲ ਟਕਰਾਉਂਦੀ ਹੈ ਅਤੇ ਮੌਕੇ ਦੇ ਉੱਤੇ ਪਲਟ ਜਾਂਦੀ ਹੈ। ਤਸਵੀਰਾਂ ਤੁਹਾਨੂੰ ਉਸ ਬੱਸ ਦੀਆਂ ਦਿਖਾ ਰਹੇ ਹਾਂ ਜਿਹੜੀ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਹਾਲਾਂਕਿ ਇਸ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਮੌਜੂਦ ਸਨ ਇਸ ਬਾਰੇ ਤਾਂ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ, ਪਰ ਕਿਹਾ ਜਾ ਰਿਹਾ ਕਿ ਇਹ ਬੱਸ ਡੇਰਾ ਬਿਆਸ ਵਿਖੇ ਜਾ ਰਹੀ ਸੀ, ਸੰਗਤਾਂ ਦੇ ਨਾਲ ਭਰੀ ਹੋਈ ਸੀ, ਅਚਾਨਕ ਇਹ ਪਲਟ ਜਾਂਦੀ ਹੈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿੱਥੇ ਬੱਸ ਸੜਕ ਦੇ ਡਿਵਾਈਡਰ ਦੇ ਉੱਤੇ ਪਲਟੀ ਹੋਈ ਤੁਸੀਂ ਵੇਖ ਸਕਦੇ ਹੋ, ਤਾਂ ਦੂਜੇ ਪਾਸੇ ਟਿੱਪਰ ਵੀ ਪਲਟਿਆ ਹੋਇਆ ਵਿਖਾਈ ਦੇ ਰਿਹਾ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬੱਸ ਦੇ ਵਿੱਚ ਬੈਠੀਆਂ ਸੰਗਤਾਂ ਕਈ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੇ ਨੇੜੇ ਪਿੰਡ ਮੱਲੂ ਦੁਆਰਾ ਦੀਆਂ, ਜਿੱਥੇ ਕਿ ਇਹ ਹਾਦਸਾ ਵਾਪਰਿਆ ਹੈ। ਡੇਰਾ ਬਿਆਸ ਜਾ ਰਹੀ
ਸੰਗਤਾਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਗਲਤੀ ਜਿਹੜੀ ਹੈ ਬੱਸ ਡਰਾਈਵਰ ਦੀ ਮੰਨੀ ਜਾ ਰਹੀ ਹੈ, ਕਿਉਂਕਿ ਉਸ ਦੇ ਵੱਲੋਂ ਓਵਰ ਸਪੀਡ ਦੇ ਨਾਲ ਨਾਲ ਗਲਤ ਸਾਈਡ ਤੋਂ ਬੱਸ ਲਿਆਂਦੀ ਜਾ ਰਹੀ ਸੀ, ਜਿਸ ਦੀ ਟੱਕਰ ਸਿੱਧੀ ਟਿੱਪਰ ਦੇ ਨਾਲ ਹੋ ਜਾਂਦੀ ਹੈ ਅਤੇ ਇਸ ਟੱਕਰ ਦੇ ਦਰਮਿਆਨ ਬੱਸ ਸੜਕ ਦੇ ਡਿਵਾਈਡਰ ਦੇ ਉੱਤੇ ਜਾ ਕੇ ਚੜ ਜਾਂਦੀ ਹੈ ਤੇ ਪਲਟ ਜਾਂਦੀ ਹੈ ਤੇ ਦੂਜੇ ਪਾਸੇ ਟਿੱਪਰ ਵੀ ਸੜਕ ਦੇ ਉੱਤੇ ਪਲਟ ਜਾਂਦਾ ਹੈ। ਡੇਰਾ ਬਿਆਸ ਚ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਂਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਹਜੇ ਮੇਰੀ ਆਪਣੀ ਗੱਡੀ ਮੈਂ ਦਸ ਚੱਕੀ ਲਿਆਉਂਦਾ ਪਿੱਛੇ ਤੇ ਬੱਸ ਇੰਨੀ ਕੁ ਸਪੀਡ ਸੀ ਨਾ ਓਵਰ ਸਪੀਡ ਹੀ ਆਉਣ ਡੀ ਸੰਗਤ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਪਏ ਤੇ ਇਹਨੇ ਲਿਆ ਕੇ ਇੱਧਰ ਸਾਈਡ ਤੇ ਪਤਾ ਕਾਰ ਹੀ ਕੀ ਆਉਂਦਾ ਇਹਨੇ ਯਕਦਮ ਟਰਾਲ ਆਪਣੀ ਬੱਸ ਦੀ ਕੱਟ ਮਾਰੀ ਆ ਗੱਡੀ ਗਾੜੀ ਤੇ ਇਹਦੇ ਕੋਲ ਕੰਟਰੋਲ ਨਹੀਂ ਹੋਏਗੀ ਤੇ ਇਹਨੇ ਚਾਰਤੀ ਫੁੱਟਬਾਲ ਤੇ ਗਾੜੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਮੇਰੇ ਵਿੱਚ ਮਾਰਦਾ ਮਾਰਦਾ ਬਾਅਦ 'ਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆਇਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ 'ਚ ਇਹਦੇ ਵਿੱਚ ਮਾਰਤੀ ਨਹੀਂ ਜਾਨੀ ਨੁਕਸਾਨ ਨਹੀਂ ਉੱਦਾਂ ਥੋੜ੍ਹੀਆਂ ਰਗੜਾਂ ਰੁਗੜਾਂ ਥੋੜ੍ਹੀਆਂ ਸੱਟਾਂ ਫੇਟਾਂ ਲੱਗੀਆਂ ਤੇ ਮੈਂ ਤੇ ਸੰਗਤਾਂ ਨੂੰ ਤੇ ਡਰਾਈਵਰ ਨੂੰ ਪੁੱਛਣ ਡਿਆ ਕਿ ਡਰਾਈਵਰ ਕਿੱਥੇ ਡਰਾਈਵਰ ਦੱਸਦਾ ਹੀ ਨਹੀਂ ਪਿਆ ਕੌਣ ਆ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ ਤੇ ਬੀਬੀਆਂ ਨੇ ਦੱਸਿਆ ਡਰਾਈਵਰ ਆਹ ਵਾ ਤੇ ਉਹਦੀ ਫਿਰ ਮੈਂ ਮੌਕੇ ਤੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ ਹਾਂਜੀ ਜ਼ਰੂਰ ਦੇਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਚਲੋ ਬਾਕੀ ਦਾ ਮੇਰੇ ਜਿਹੜੇ ਇਹਦੇ ਵਿੱਚ ਆਪਣਾ ਤੁਸੀਂ ਰੇਤਾ ਲੋਡ ਹੀ ਹਾਂਜੀ ਹਾਂਜੀ ਰੇਤਾ ਇੱਥੇ ਹੀ ਲੈ ਕੇ ਜੀ ਅੰਮ੍ਰਿਤਸਰ ਚਲੇ ਜੀ ਹਾਂਜੀ ਬਾਕੀ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਬਚਾਇਆ ਜੀ ਬੱਸ ਦਾ ਸਾਡਾ ਨੁਕਸਾਨ ਇਹਨੇ ਕਰਤਾ ਡਰਾਈਵਰ ਤੇ ਭੱਜ ਗਿਆ ਮੌਕੇ ਤੇ ਭੱਜ ਗਿਆ ਫਿਰ ਹਾਂਜੀ ਬੱਸ ਦਾ ਡਰਾਈਵਰ ਭੱਜ ਗਿਆ ਐਕਸੀਡੈਂਟ ਇੱਦਾਂ ਹੋਇਆ ਕਿ ਅਸੀਂ ਆਪਣਾ ਰਾਊਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਦੇ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਸੀਗੀ ਤੇ ਬੱਸ ਵਾਲੇ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਫਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਇੱਕੋ ਸਾਈਡ ਤੋਂ ਦੋਵੇਂ ਆ ਰਹੇ ਸੀਗੇ ਬੱਸ ਜਿਹੜੀ ਹੈਗੀ ਉਹਦੇ ਸੰਗਤ ਸੀਗੀ ਬਿਆਸ ਵਾਲਿਆਂ ਦੀ ਤੇ ਉਹ ਬੱਸ ਵਾਲੇ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਲਟ ਗਿਆ ਨੁਕਸਾਨ ਬਚਾਅ ਹੋਇਆ ਜੀ ਦੋਵਾਂ ਦਾ ਬਚਾਅ ਹੋਇਆ ਡਰਾਈਵਰ ਦੇ ਟਿੱਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗੜ ਲੱਗੀ ਹੈ ਬਾਕੀ ਬੱਸ ਵਾਲਿਆਂ ਦਾ ਬਚਾਅ ਜੀ ਪਤਾ ਕੋਈ ਬੱਸ ਕਿੱਥੇ ਜਾ ਰਹੀ ਸੀ ਬੱਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਹਿੰਦੇ ਸੀ ਸੰਗਤ ਦੀ ਵਿੱਚ ਸੰਗਤ ਦਾ ਬਚਾਅ ਆ ਮੈਂ ਪਠਾਨਕੋਟ ਤੋਂ ਰੇਤਾ